ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਆਪਣੀ ਸਤਵੀਰ ਕੌਰ। ਅੱਜ ਅਸੀਂ ਮਾਈ ਭਾਗੋ ਸੰਸਥਾ, ਜਿਸ ਨੇ ਵਿੱਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਾਹਿਤਕ ਗਤੀਵਿਧੀਆਂ ਵਿੱਚ ਵੀ ਆਪਣਾ ਨਾਮ ਖੱਟਿਆ ਹੈ, ਅੱਜ ਅਸੀਂ ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਦੇ ਨਾਲ, ਜਾਣਦੇ ਹਾਂ ਉਹਨਾਂ ਦੇ ਵਿਚਾਰ ਕੀ ਹਨ ਕਿ ਕਿੰਨੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ। ਆਓ ਅਸੀਂ ਹੁਣ ਜੁੜਦੇ ਹਾਂ ਇਹਨਾਂ ਸੋਹਣੀਆਂ ਕੁੜੀਆਂ ਦੀ ਢਾਣੀ ਦੇ ਨਾਲ, ਜੋ ਰੰਗ ਬਿਰੰਗੇ ਸੂਟ ਪਾ ਕੇ ਬੜੇ ਹੀ ਤਹਿਜ਼ੀਬ ਨਾਲ ਬੈਠੀਆਂ ਹਨ। ਗੱਲਬਾਤ ਕਰਦੇ ਹਾਂ ਇਹਨਾਂ ਕੁੜੀਆਂ ਦੇ ਨਾਲ, ਜਾਣਦੇ ਇਹਨਾਂ ਦੇ ਵਿਚਾਰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਮੇਰਾ ਨਾਮ ਸਿਮਰਨ। ਤੁਸੀਂ ਕਿੰਨੇ ਸਾਲ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹੋ? ਮੈਂ 5 ਸਾਲ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹਾਂ। 5 ਸਾਲ ਤੋਂ? ਹਾਂਜੀ। ਤੁਹਾਨੂੰ ਇਸ ਸੰਸਥਾ ਦੀ ਕੀ ਗੱਲ ਵਧੀਆ ਲੱਗੀ, ਤੁਸੀਂ 5 ਸਾਲ ਤੋਂ ਇੱਥੇ ਹੀ ਹੋ? ਮੈਨੂੰ ਮਤਲਬ ਇਹ ਸੀਗਾ ਵੀ ਆਪਾਂ ਜਦੋਂ ਨਵੇਂ ਨਵੇਂ ਆਉਣੇ ਹਾਂ ਨਾ, ਆਪਾਂ ਨੂੰ ਐਵੇਂ ਲੱਗਦਾ ਹੁੰਦਾ ਕਿ ਆਪਾਂ ਨੂੰ ਕਿਵੇਂ ਇਹ ਸੰਸਥਾ 'ਚ ਆਪਾਂ ਵਿਚਰਾਂਗੇ ਜਾਂ ਆਪਣਾ ਜੀ ਲੱਗੂਗਾ ਇਹ ਨਹੀਂ। ਪਰ ਇੱਥੇ ਮੇਰੇ ਦੋਸਤ, ਮੇਰੀਆਂ ਫਰੈਂਡਸ, ਸਾਡੇ ਪ੍ਰੋਫੈਸਰ ਇੰਨੇ ਵਧੀਆ ਕਿ ਸਾਨੂੰ ਸਾਰਿਆਂ ਨੂੰ ਆਪਣਾਪਣ ਮਹਿਸੂਸ ਹੁੰਦਾ। ਅੱਛਾ, ਬਿਲਕੁਲ ਲੜਦੇ ਲੁੜਦੇ ਬਿਲਕੁਲ ਵੀ ਨਹੀਂ ਹੈਗੇ? ਨਹੀਂ, ਥੋੜ੍ਹਾ ਪ੍ਰੋਫੈਸਰ ਸਾਹਿਬਾਨ ਦਾ ਤਾਂ ਮੰਨਿਆ, ਚਲੋ ਲੜਦੇ ਨਹੀਂ ਹੈਗੇ, ਪਰ ਦੋਸਤ ਤਾਂ ਲੜਦੇ ਹੋਣਗੇ ਮਾੜਾ ਮੋਟਾ। ਹਾਂਜੀ, ਥੋੜ੍ਹਾ ਬਹੁਤ। ਸਮੋਸਿਆਂ ਵਿੱਚ ਲੜਾਈ ਹੋ ਜਾਂਦੀ ਆ, ਸਮੋਸਿਆਂ ਵਿੱਚ ਜਿਵੇਂ ਸਾਡੀ ਕੁੜੀ ਰੁਸਤੀ ਬੈਠੀ ਨੇ, ਸਮੋਸਾ ਨਹੀਂ ਦਿੱਤਾ ਸੀ। ਅੱਛਾ, ਆਪਾਂ ਗੱਲਬਾਤ ਉਸੇ ਨਾਲ ਹੀ ਕਰ ਲੈਂਦੇ ਆ। ਕਿਉਂ ਭਾਈ, ਤੈਨੂੰ ਕੀ ਹੋ ਗਿਆ, ਤੂੰ ਇੰਨੇ ਗੁੱਸੇ ਨਾਲ ਬੈਠੀ ਆ? ਨਹੀਂ ਨਹੀਂ, ਤੇ ਤੂੰ ਘੱਟ ਬੋਲ ਰਹੀ ਆ। ਮੈਂ ਕਿਹਾ ਤੁਸੀਂ ਸਾਰੇ ਇਨਵੋਲਵ ਹੋ ਰਹੇ, ਪਰ ਤੁਸੀਂ ਥੋੜ੍ਹਾ ਜਿਹਾ ਚੁੱਪ ਬੈਠੇ ਸੀਗੇ, ਸਮੋਸੇ ਕੱਟ ਦਿੱਤੇ ਤੁਹਾਨੂੰ? ਪਰ ਤੁਸੀਂ ਭਾਈ ਐਵੇਂ ਨਹੀਂ ਕਰਨਾ ਇਹਦੇ ਨਾਲ, ਹੈ ਨਾ? ਇਹਦਾ ਵੀ ਚਲੋ ਕਾਲਜ ਆ, ਇਹਦੇ ਨਾਲ ਵੀ ਇੰਜੋਇਮੈਂਟ ਕਰੋ, ਇਹਨੂੰ ਸਮੋਸੇ ਵੱਧਦੇ ਨਹੀਂ ਹੈਗੀ। ਤੁਸੀਂ ਇਸ ਸੰਸਥਾ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ? ਮੈਂ ਸੰਸਥਾ ਨਾਲ 6 ਸਾਲ ਤੋਂ ਜੁੜੀ ਹੋਈ ਹਾਂ। 6 ਸਾਲ ਤੋਂ? ਹਾਂਜੀ। ਅੱਛਾ, ਜੇ 5 ਸਾਲ ਤੁਸੀਂ, 6 ਸਾਲ ਤੋਂ, ਤੁਸੀਂ ਤਾਂ ਪੁਰਾਣੇ ਆਏ ਹੋ, ਫਿਰ ਤੁਹਾਨੂੰ ਸਮੋਸਾ ਫਿਰ ਵੀ ਨਹੀਂ ਦਿੱਤਾ? ਤੁਸੀਂ ਰੋਹ ਜਮਾਉਣਾ ਸੀ ਨਾ ਇਹਨਾਂ ਤੇ, ਇਹ ਪੁਰਾਣੇ ਬੋਰਡ ਨੇ। ਹੁਣ ਤੁਸੀਂ ਕੀ ਕਰ ਰਹੇ ਹੋ ਇਸ ਸੰਸਥਾ ਦੇ ਵਿੱਚ? ਇਸ ਸੰਸਥਾ ਦੇ ਵਿੱਚ ਹੁਣ ਮੈਂ ਬੀਐਡ ਕਰ ਰਹੀ ਹਾਂ, ਦੂਸਰਾ ਸਾਲ। ਅੱਛਾ, ਬੀਐਡ ਦੂਸਰਾ ਸਾਲ ਕਰ ਰਹੇ ਹੋ, ਤੇ ਹੁਣ ਅੱਗੇ ਕੀ ਕਰਨਾ ਗਾ? ਇਸ ਤੋਂ ਬਾਅਦ ਅੱਗੇ ਐਮਏ ਕਰਨੀ। ਐਮਏ ਕਿੱਥੇ ਕਰੋਗੇ? ਐਮਏ ਵੇਖਦੇ ਹਾਂ। ਲਈ ਕਿਹਨੂੰ ਵੇਖਣਾ, ਕਿਹਨੂੰ ਵੇਖਣਾ ਚਾਹੁੰਦੇ ਹੋ? ਸਾਰਿਆਂ ਨੂੰ ਵੇਖਾਂਗੇ, ਸਾਰਿਆਂ ਨੂੰ ਵੇਖੋ, ਕਿਉਂ ਇੰਨੇ ਸੋਹਣੇ ਨੇ, ਤੁਸੀਂ ਉਹਨਾਂ ਨੂੰ ਵੇਖ ਕੇ ਅੱਗੇ ਕੁਝ ਕਰੋਗੇ? ਹਾਂਜੀ, ਪਹਿਲਾਂ ਤਾਂ ਸਿਮਰਨ ਨੂੰ ਵੇਖਾਂਗੇ ਨਵਾਂ ਸੂਟ ਪਾਇਆ। ਅੱਛਾ ਅੱਛਾ, ਅੱਜ ਕੁੜੀ ਬਹੁਤ ਜ਼ਿਆਦਾ ਖੁਸ਼ ਹੈ, ਇਹਨੇ ਨਵਾਂ ਸੂਟ ਪਾਇਆ ਹੋਇਆ। ਮੈਨੂੰ ਲੱਗਦਾ ਲਵੈਂਡਰ ਸੂਟ ਵਾਲੀ ਕੁੜੀ ਉਹ ਗੁੱਸੇ 'ਚ ਬੈਠੀ ਹੈਗੀ, ਮੈਨੂੰ ਕੁਝ ਪੁੱਛ ਹੀ ਨਹੀਂ ਰਹੇ। ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਜੁੜਦੇ ਹਾਂ। ਮੈਨੂੰ ਵੀ ਸਮੋਸਾ ਨਹੀਂ ਦਿੱਤਾ, ਤੁਹਾਨੂੰ ਵੀ ਸਮੋਸਾ ਨਹੀਂ ਦਿੱਤਾ? ਅੱਜ ਸੂਟ ਨਵਾਂ ਪਾਇਆ ਲੱਗਦਾ ਤੁਹਾਡੇ? ਹਾਂਜੀ। ਅੱਛਾ, ਤਾਂ ਇਹ ਬਣ ਠਣ ਕੇ ਪੂਰੇ ਪੋਸ ਬੈਠੇ ਹੋ। ਪੁਰਾਣਾ ਪਾ ਕੇ ਆਉਂਦੇ, ਮੈਂ ਨਵਾਂ ਪਾ ਕੇ ਆਉਂਦੀ। ਚਲੋ ਵਧੀਆ ਵਧੀਆ ਵਧੀਆ, ਬਹੁਤ ਵਧੀਆ। ਤੁਸੀਂ ਸੰਸਥਾ 'ਚ ਕਿੰਨੇ ਸਾਲ ਜੁੜੇ ਹੋਏ ਹੋ? 5 ਸਾਲ। 5 ਸਾਲ ਤੋਂ ਜੁੜੇ ਹੋਏ ਹੋ, ਫਿਰ ਸੱਚੀ ਪੁਰਾਣੇ ਬੋਰਡ ਲੱਗਦੇ, ਮਤਲਬ ਪੁਰਾਣੇ ਬੋਰਡ ਦਾ ਗਰੁੱਪ ਲੱਗਦਾ ਇਹ। ਪਿੰਡ ਦੇ ਵਿੱਚ ਜਦੋਂ ਬਾਹਰ ਆਏ ਆ, ਪਹਿਲਾਂ ਇੱਥੇ ਦੋਸਤ ਬਣੇ ਨੇ। ਅੱਛਾ, ਚਲੋ ਬਹੁਤ ਵਧੀਆ ਗੱਲ ਆ। ਇਹੋ ਜਿਹੇ ਦੋਸਤ ਬਣੇ, ਖੁਸ਼ ਹੋ ਉਹਨਾਂ ਨਾਲ? ਬਹੁਤ ਜ਼ਿਆਦਾ। ਲੜਦੇ ਤੁਹਾਡੇ ਨਾਲ ਇਹ? ਬਹੁਤ ਜ਼ਿਆਦਾ। ਪਰ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ ਇਹਨਾਂ ਖਿਲਾਫ? ਇੱਕ ਦਿਨ ਦੀ ਲੜਾਈ ਹੁੰਦੀ ਹੈ, ਦੂਸਰੇ ਦਿਨ ਫੇਰ ਉਹ ਜਿਹਾ। ਚਲੋ ਬਣਾ ਲੈਂਦੇ ਆ। ਚਲੋ ਇਹ ਦੋਸਤੀ ਬਣੀ ਰਹੇ ਤੁਹਾਡੀ, ਇਨਸ਼ਾਅੱਲਾ ਤੁਸੀਂ ਐਵੇਂ ਹੀ ਪਿਆਰ ਨਾਲ ਬੈਠੇ ਰਹੋ ਤੇ ਅੱਗੇ ਤਰੱਕੀਆਂ ਕਰੋ। ਧੰਨਵਾਦ। ਸ਼ੁਕਰੀਆ। ਹਾਂਜੀ, ਕੁੜੀਆਂ ਦੀ ਢਾਣੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਅਸੀਂ ਜੁੜਦੇ ਹਾਂ ਮੁੰਡਿਆਂ ਦੀ ਮਹਿਫਲ ਦੇ ਨਾਲ, ਜੋ ਸਾਡੇ ਸਾਹਮਣੇ ਬੜੇ ਹੀ ਸੋਹਣੇ ਤਰੀਕੇ ਨਾਲ ਖੜੇ ਹੋਏ ਹਨ। ਆਓ ਗੱਲਬਾਤ ਕਰਦੇ ਹਾਂ ਇਹਨਾਂ ਮੁੰਡਿਆਂ ਦੇ ਨਾਲ। ਹਾਂਜੀ ਸਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਸਾਰੇ ਜਾਣੇ? ਵਧੀਆ, ਤੁਸੀਂ ਦੱਸੋ? ਵਧੀਆ ਜੀ ਵਧੀਆ। ਕੀ ਗੱਲਬਾਤ ਚੱਲ ਰਹੀ ਸੀ ਤੁਹਾਡੀ? ਬਸ ਇਹਨੂੰ ਪੁੱਛ ਰਹੇ ਸੀ ਵੀ ਕਿ ਇਹਨਾਂ ਦਾ ਕਾਲਜ ਨਹੀਂ ਆ ਰਿਹਾ, ਵੀ ਕਿੱਥੇ ਗਿਆ ਸੀ। ਅੱਛਾ ਅੱਛਾ, ਇਹਦੇ ਨਾਲ ਗੱਲਬਾਤ ਕਰ ਰਹੇ ਸੀ। ਅੱਛਾ, ਬੜੇ ਸ਼ਿਕਵੇ ਲਾਦੇ ਮੈਂ ਤੁਹਾਡੇ ਦੇ ਨਾਲ। ਕੁਝ ਜ਼ਿਆਦਾ ਹੀ ਹੈ। ਫਿਰ ਦੱਸੋ ਇਹਨਾਂ ਨੂੰ ਕਿੱਥੇ ਗਏ ਸੀ ਤੁਸੀਂ? ਉਹ ਤਾਂ ਜੀ ਮੈਨੂੰ ਐਡਵੈਂਚਰ ਕੈਂਪ ਤੇ ਮਕਲੋੜਗੰਜ ਭੇਜਿਆ ਗਿਆ ਸੀ ਮਾਈ ਭਾਗੋ ਕਾਲਜ ਦੁਆਰਾ, ਜੋ ਕਿ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਸੀ। ਅੱਛਾ, ਹਾਂਜੀ। ਤਾਂ ਕਿਵੇਂ ਰਿਹਾ ਤੁਹਾਡਾ ਐਡਵੈਂਚਰ ਟ੍ਰਿਪ? ਐਡਵੈਂਚਰ ਬਹੁਤ ਵਧੀਆ ਸੀਗਾ ਜੀ। 13 ਤਾਂ ਐਂ ਲੱਗਦਾ ਸੀਗਾ ਵੀ ਯਾਰ ਕਿੱਥੇ ਫਸ ਗਏ, ਕਿਉਂ ਇੱਕ ਤਾਂ ਚੜ੍ਹਾਈ ਵਾਲੀ ਸੀ, ਇੱਕ ਸਮਾਨ ਵਾਲਾ ਸੀ ਸਾਡੇ ਕੋਲ ਵੀ 13 ਤਾਂ ਗਾਲਾਂ ਹੀ ਕੱਢਦੇ ਸੀ ਮਨ 'ਚ ਤਾਂ ਵੀ ਯਾਰ ਆਹ ਕਿੱਥੇ ਫਸਾਤੇ। ਪਰ ਬਟ ਜਿਵੇਂ ਜਿਵੇਂ ਐਕਟੀਵਿਟੀਜ਼ ਇਨਵੋਲਵ ਹੁੰਦੇ ਰਹੇ, ਫੇਰ ਲੱਗਿਆ ਯਾਰ ਵੀ ਇਦੋਂ ਘੈਂਟ ਚੀਜ਼ ਨਹੀਂ, ਹੁਣ ਤਾਂ ਐਂ ਲੱਗਦਾ ਵੀ ਜੇ ਹੋਰ ਆਵੇ ਕੈਂਪ ਤਾਂ ਹੋਰ ਵੀ ਭੜਕਾ ਦਈਏ। ਚਲੋ ਕੀ ਕੀ ਐਕਸਪੀਰੀਅੰਸ ਕੀਤਾ ਤੁਸੀਂ ਉੱਥੇ? ਐਕਸਪੀਰੀਅੰਸ ਤਾਂ ਜੀ ਬਹੁਤ ਵਧੀਆ ਸੀ, ਜਿਵੇਂ ਹੈ ਨਾ ਉਹ ਬੇਸਿਕਲੀ ਮਾਊਂਟੇਨ ਦਾ ਸੀਗਾ, ਹੈ ਨਾ ਵੀ ਕਿਵੇਂ ਆਪਾਂ ਪਹਾੜਾਂ 'ਤੇ ਚੜ੍ਹਨਾ, ਜਿਵੇਂ ਕੋਈ
ਅਪਾਤਕਾਲੀਨ ਸਿਚੁਏਸ਼ਨ ਆਉਂਦੀ ਹੈ ਕਈ ਵਾਰ, ਹੈ ਨਾ, ਕੋਈ ਜਿਵੇਂ ਹੜ੍ਹ ਦੁਆਰਾ ਵੀ, ਤਾਂ ਕਿਵੇਂ ਆਪਾਂ ਆਪਣੀ ਜਾਨ ਬਚਾ ਸਕਦੇ ਹਾਂ ਅਤੇ ਕਿਵੇਂ ਆਪਾਂ ਰੈਸਕਿਊ ਕਰ ਸਕਦੇ ਹਾਂ, ਤਾਂ ਕਰਕੇ ਉਹਦੇ ਕਰਕੇ ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਰਿਵਰ ਨੂੰ ਕ੍ਰੋਸ ਕਰਨਾ ਜਾਂ ਮਾਊਂਟੇਨ 'ਤੇ ਚੜ੍ਹਨਾ ਵਿਦ ਇਕੁਇਪਮੈਂਟ 'ਤੇ ਜਾਂ ਬਿਨਾਂ ਇਕੁਇਪਮੈਂਟ ਤੋਂ, ਉਹ ਸਾਰਾ ਕੁਛ ਸਿਖਾਇਆ ਜੀ ਬਹੁਤ ਵਧੀਆ। ਫਿਰ ਤੁਹਾਡੇ ਦੋਸਤ ਇੰਨੀ ਦੂਰ ਜਾ ਕੇ ਆਏ, ਤੁਹਾਨੂੰ ਕੁਛ ਲੈ ਕੇ ਦਿੱਤਾ ਕਿ ਨਹੀਂ ਇਹਨਾਂ ਨੇ? ਨਹੀਂ ਜੀ, ਕੁਛ ਨਹੀਂ ਲੈ ਕੇ ਆਇਆ, ਬਸ ਜਿਵੇਂ ਗਿਆ ਸੀ ਖਾਲੀ ਹੱਥੋਂ ਵੀ ਮੁੜਿਆ। ਫਿਰ ਤੁਸੀਂ ਕੁਛ ਕਿਹਾ ਨਹੀਂ ਇਹਨੂੰ? ਬਸ ਕਹਿਣਾ ਤਾਂ ਕੀ ਹੈ ਜੀ, ਬਾਅਦ 'ਚ ਦੇਖਦੇ ਹਾਂ ਕੀ ਕਰਦੇ। ਯਾਰ ਮੈਂ ਆ ਗਿਆ ਥੋੜ੍ਹਾ, ਜੇ ਪਹਾੜਾ ਪੂਣਾ 'ਚ ਰਹਿਣ ਦਾ ਫਿਰ ਪਤਲਾ ਤਾਂ ਹੋ ਕੇ ਆ ਗਿਆ ਵੈਸੇ। ਉਹ ਜੋ ਬੜਾ ਕੁਛ ਕਰਵਾਉਂਦੇ ਸੀ ਨਾ, ਤਾਂ ਕਰਕੇ ਤੁਸੀਂ ਸਾਰੇ ਕਿਵੇਂ ਚੁੱਪ ਖੜੇ ਹੋ? ਕੋਈ ਗੱਲਬਾਤ ਤੁਸੀਂ ਵੀ ਦੱਸੋ ਕੁਛ ਆਪਣੇ ਬਾਰੇ। ਮਤਲਬ ਉਹ ਤਾਂ ਘਰੇ ਇਸ਼ੂ ਸੀਗਾ, ਤਾਂ ਕਰਕੇ ਮਤਲਬ ਨਹੀਂ ਜਾ ਸਕਿਆ ਉਦੋਂ ਮੈਂ। ਨੈਕਸਟ ਟ੍ਰਿਪ ਜੇ ਕੋਈ ਆਉਂਦਾ ਤਾਂ ਉੱਥੇ ਮੈਂ ਜ਼ਰੂਰ ਜਾਊਂਗਾ। ਅੱਛਾ, ਗੱਲਾਂ ਤੋਂ ਬਗੈਰ ਕੁਛ ਹੋਰ ਵੀ ਕਰ ਲੈਣਾ ਕੋਈ ਐਕਟੀਵਿਟੀ ਜਾਂ ਫਿਰ ਬਸ? ਨਹੀਂ, ਸਾਰਾ ਕੁਝ ਹੀ ਕਰ ਲਈਦਾ ਮੈਨੂੰ। ਅੱਛਾ, ਤੁਹਾਡੇ ਤੁਸੀਂ ਐਕਟਰ ਬਹੁਤ ਘੈਂਟ ਹੈ ਜੀ। ਅੱਛਾ ਅੱਛਾ, ਇਹ ਐਕਟਰ ਸਕਿੱਟ ਕਰੀ ਸੀ ਇਹਨੇ, ਟੂ ਇਨ ਵਨ ਦਾ ਰੋਲ ਕਰ ਰਿਹਾ ਸੀ, ਬਹੁਤ ਘੈਂਟ ਕਰਿਆ ਸੀ। ਚਲ ਥੋੜੀ ਝਲਕ ਦਿਖਾ ਦਿੱਤੀ ਜਾਵੇ ਸਾਨੂੰ ਵੀ, ਇਸ ਵੀ ਦੇਖ ਲਈਏ ਵੀ ਕਿਵੇਂ ਰਿਹਾ ਤੁਹਾਡਾ ਅਦਾ ਜੀ। ਕਰਕੇ ਦਿਖਾਣਾ ਓਏ ਉਹ, ਇਸ ਤੋਂ ਬਗੈਰ ਕੋਈ ਹੋਰ ਤੁਸੀਂ ਥੀਏਟਰ ਵਗੈਰਾ ਜਾਂ ਕੁਛ ਭੰਗੜਾ ਵਗੈਰਾ ਕੁਛ ਐਕਟੀਵਿਟੀਜ਼ ਭਾਗ ਲੈਣੇ ਹੋ ਕਿ ਜੇ ਗੱਲਾਂ ਕਰਵਾਉਣੀ ਆ ਹੈਗਾ ਚੋਬਰ? ਅੱਛਾ, ਗੱਲਾਂ ਤਾਂ ਬਹੁਤ ਗੱਲਾਂ ਕਰਦੇ ਆ, ਸਾਨੂੰ ਵੀ ਸੁਣਾਓ ਗੱਲਬਾਤ ਕੋਈ। ਇਹ ਚੁੱਪ ਨਹੀਂ ਹੁੰਦਾ ਜੀ। ਅੱਛਾ ਅੱਛਾ, ਕੋਈ ਗੱਲਬਾਤ ਤਾਂ ਉਹੀ ਕਹੀ ਜਾਂਦੇ ਸਾਰੇ ਨਾਲ ਇਹ ਸਰਮਾ।